13 अप्रैल 1919 ਨੂੰ ਜਲਿਆਂਵਾਲਾ ਬਾਗ ਵਿਖੇ ਸ਼ਹਾਦਤ ਦਾ ਜਾਮ ਪੀਣ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਵਿਖੇ ਕੇਂਦਰ ਸਰਕਾਰ ਖਿਲਾਫ਼ ਰੋਸ ਵੱਧਦਾ ਜਾ ਰਿਹਾ ਹੈ ਕਿ ਅੱਜ ਇਹਨਾਂ ਪਰਿਵਾਰਾਂ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਚਿੱਠੀ ਲਿਖ ਕੇ ਜਲਿਆਂਵਾਲਾ ਬਾਗ ਨੂੰ ਖੋਲ੍ਹਣ ਦੀ ਮੰਗ ਕੀਤੀ ਹੈ ਤਾਂ ਜੋ ਉਹਨਾਂ ਪਰਿਵਾਰਾਂ ਦੇ ਸ਼ਹੀਦਾਂ ਦੀਆਂ ਆਤਮਾਵਾਂ ਜੋ ਕਿ ਸਰਕਾਰ ਦੇ ਜਲਿਆਂਵਾਲਾ ਬਾਗ ਨੂੰ ਬੰਦ ਕਰਨ ਦੇ ਫੈਸਲੇ ਦੇ ਚਲਦਿਆਂ ਪੜਤਾੜਿਤ ਹੋ ਰਹੀਆਂ ਹਨ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਸ਼ਰਧਾਂਜਲੀ ਦਿੱਤੀ ਜਾਵੇ ਅਤੇ ਉਹਨਾਂ ਦੀ ਆਤਮਕ ਸ਼ਾਂਤੀ ਲਈ ਅਰਦਾਸ ਕੀਤੀ ਜਾਵੇ ਇਸ ਮੌਕੇ ਗੱਲਬਾਤ ਕਰਦਿਆਂ ਜਲਿਆਂਵਾਲਾ ਬਾਗ ਸ਼ਹੀਦ ਪਰਿਵਾਰ ਸਮਿਤੀ ਦੇ ਪ੍ਰਧਾਨ ਮਹੇਸ਼ ਬੈਲ ਨੇ ਦੱਸਿਆ ਕਿ ਸਾਡੇ ਦੇਸ਼ ਦੀ ਸਰਕਾਰਾਂ ਲਈ ਬਹੁਤ ਹੀ ਮੰਦਭਾਗੀ ਗੱਲ ਹੈ ਜੋ ਉਹਨਾਂ ਵੱਲੋਂ ਸ਼ਹੀਦੀ ਸਮਾਰਕ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਦੀ ਆਤਮਾਵਾਂ ਨੂੰ ਪੜਤਾੜਿਤ ਕੀਤਾ ਜਾ ਰਿਹਾ ਹੈ ਬੀਤੇ ਸਾਲ ਵੀ ਕੇਂਦਰ ਸਰਕਾਰ ਅਤੇ ਕੋਰੋਨਾ ਮਹਾਂਮਾਰੀ ਦੇ ਫੈਸਲੇ ਦੇ ਚਲਦਿਆਂ ਪੂਰੇ ਦੇਸ਼ ਵਿੱਚ ਲੋਕਡਾਊਨ ਲੱਗਾ ਹੋਣ ਕਾਰਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਨਹੀਂ ਕੀਤੀ ਗਈ ਸੀ ਜਿਸ ਦੇ ਚਲਦੇ ਸ਼ਹੀਦ ਪਰਿਵਾਰਾਂ ਵਿੱਚ ਨਿਰਾਸ਼ਾ ਦਾ ਮਾਹੌਲ ਸੀ ਪਰ ਇਸ ਸਾਲ ਸਰਕਾਰ ਜਾਣ ਬੁੱਝ ਕੇ ਜਲਿਆਂਵਾਲਾ ਬਾਗ ਨੂੰ ਨਹੀਂ ਖੋਲ੍ਹ ਰਹੀ ਇੱਕ ਪਾਸੇ ਜਿੱਥੇ ਸਾਰੇ ਧਾਰਮਿਕ ਸਥਾਨ ਸਮਾਜਿਕ ਸੰਸਥਾਨ ਖੁੱਲ੍ਹੇ ਹਨ ਉੱਥੇ ਸਿਰਫ ਅਤੇ ਸਿਰਫ ਸ਼ਹੀਦੀ ਸਮਾਰਕ ਹੀ ਕੋਰੋਨਾ ਦਾ ਹਵਾਲਾ ਦੇ ਕੇ ਬੰਦ ਕਿਉਂ ਰੱਖਿਆ ਜਾ ਰਿਹਾ ਹੈ ਜਦਕਿ ਬਾਕੀ ਸਭ ਕੁਝ ਖੁੱਲ੍ਹਾ ਹੈ ਉਹਨਾਂ ਦੱਸਿਆ ਕਿ 13 ਅਪ੍ਰੈਲ 1919 ਨੂੰ ਜਲਿਆਂਵਾਲਾ ਬਾਗ ਸਾਕੇ ਦੌਰਾਨ ਉਹਨਾਂ ਦੇ ਦਾਦਾ ਜੀ ਲਾਲਾ ਹਰਬਹਿਲ ਅੰਗਰੇਜ਼ਾਂ ਦੀ ਗੋਲੀ ਲੱਗਣ ਕਾਰਨ ਸ਼ਹੀਦ ਹੋਏ ਸੀ ਜਿਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਅਤੇ ਸਾਡੇ ਤੋਂ ਇਲਾਵਾ ਹੋਰ ਵੀ ਸ਼ਹੀਦਾਂ ਦੇ ਪਰਿਵਾਰਕ ਮੈਂਬਰ ਜਲਿਆਂਵਾਲਾ ਬਾਗ ਪਹੁੰਚੇ ਸਨ ਪਰ ਜਲਿਆਂਵਾਲਾ ਬਾਗ ਬੰਦ ਹੋਣ ਕਾਰਨ ਅਸੀਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਨਹੀਂ ਕਰ ਸਕੇ ਜਿਸ ਦੇ ਚਲਦੇ ਅਸੀਂ ਅੱਜ ਕੇਂਦਰ ਸਰਕਾਰ ਨੂੰ ਇੱਕ ਚਿੱਠੀ ਲਿਖ ਕੇ ਇਹ ਅਪੀਲ ਕਰ ਰਹੇ ਹਾਂ ਕਿ ਉਹ 15 ਦਿਨਾਂ ਦੇ ਅੰਦਰ ਅੰਦਰ ਜਲਿਆਂਵਾਲਾ ਬਾਗ ਨੂੰ ਖੋਲ੍ਹਣ ਨਹੀਂ ਤਾਂ ਅਸੀਂ ਸ਼ਹੀਦਾਂ ਦੇ ਪਰਿਵਾਰਕ ਮੈਂਬਰ ਜਲਿਆਂਵਾਲਾ ਬਾਗ ਦੇ ਬਾਹਰ ਭੁੱਖ ਹੜਤਾਲ 'ਤੇ ਬੈਠੇ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰਾਂਗੇ ਸ਼ਹੀਦਾਂ ਨੂੰ ਸ਼ਰਧਾ ਦੇ ਸੁਮਨ ਭੇਟ ਕਰਨੇ ਸੀ ਪਰੰਤੂ ਗੌਰਮੈਂਟ ਨੇ ਸਾਨੂੰ ਜਾਣ ਨਹੀਂ ਦਿੱਤਾ ਗਿਆ ਅਤੇ ਅਸੀਂ ਬਾਹਰ ਖੜ੍ਹੇ ਰਹੇ ਹਾਂ ਔਰ ਬਾਹਰ ਹੀ ਸਾਨੂੰ ਪੁਲਿਸ ਨੇ ਰੋਕ ਚੜਿਆ ਇਸ ਪਿੱਛੇ ਅਸੀਂ ਅੱਜ ਪ੍ਰੈਸ ਕਾਨਫਰੰਸ ਸੱਦੀ ਹੈ ਤਾਂ ਕਿ ਗੌਰਮੈਂਟ ਨੂੰ ਪਤਾ ਲੱਗੇ ਗੌਰਮੈਂਟ ਨੂੰ ਚਿੱਠੀਆਂ ਲਿਖੀਆਂ ਇਹ ਲੈਟਰਾਂ ਲਿਖੀਆਂ ਅਸੀਂ ਪ੍ਰਧਾਨ ਮੰਤਰੀ ਨੂੰ ਗ੍ਰਹਿ ਮੰਤਰੀ ਨੂੰ ਔਰ ਉਹਨਾਂ ਨੂੰ ਕਿਹਾ ਕਿ ਜਲਦੀ ਤੋਂ ਜਲਦੀ ਐਕਸ਼ਨ ਲਿੱਤਾ ਜਾਵੇ ਜਲਿਆਂਵਾਲਾ ਬਾਗ ਜਿਹੜਾ ਇੱਕ ਬੜਾ ਇਤਿਹਾਸਿਕ ਬਾਗ ਹੈ ਜਿਹਨੇ ਜਿਨ੍ਹਾਂ ਦੇ ਸ਼ਹੀਦਾਂ ਦੇ ਜਿੱਥੇ ਸ਼ਹੀਦ ਹੋਏ ਜਿਹੜੇ ਉਹਨਾਂ ਦੀ ਸ਼ਹਾਦਤ ਦੇ ਨਾਲ ਹੀ ਸਾਰਾ ਦੇਸ਼ ਆਜ਼ਾਦ ਹੋਇਆ ਔਰ ਆਜ਼ਾਦੀ ਦਾ ਸਾਰੇ ਇਸ ਵੇਲੇ ਆਨੰਦ ਮਨਾ ਰਹੇ ਹੈ ਅਤੇ ਮੇਰਾ ਖਿਆਲ ਹੈ ਪ੍ਰਧਾਨ ਮੰਤਰੀ ਔਰ ਗ੍ਰਹਿ ਮੰਤਰੀ ਸਾਡੀ ਪ੍ਰਾਰਥਨਾ ਨੂੰ ਜਲਦੀ ਤੋਂ ਜਲਦੀ ਕਰਨਗੇ ਅਤੇ ਪਬਲਿਕ ਵਾਸਤੇ ਆਉਣੇ ਵਾਲੇ ਲੋਕਾਂ ਵਾਸਤੇ ਜਲਦੀ ਤੋਂ ਜਲਦੀ ਐਕਸ਼ਨ ਲੈ ਕੇ ਉਹਨਾਂ ਨੂੰ ਜਲਿਆਂਵਾਲੇ ਬਾਗ ਦੇ ਦਰਸ਼ਨ ਕਰਾਉਣਗੇ ਮੇਰਾ ਨਾਮ ਮਹੇਸ਼ ਬੈਲ ਮੇਰੇ ਦਾਦਾ ਸ਼੍ਰੀ ਲਾਲਾ ਹਰੀ ਰਾਮ ਜੀ ਬੈਲ ਇੱਥੇ ਸ਼ਹੀਦ ਹੋਏ ਸੀਗੇ ਉਹਨਾਂ ਨੂੰ ਅਸੀਂ ਹਰ ਸਾਲ ਜਾਂਦੇ ਹਾਂ ਉੱਥੇ ਸ਼ਰਧਾ ਅਤੇ ਸੁਮਨ ਭੇਟ ਕਰਦੇ ਹਾਂ ਇਸ ਵਾਰ ਅਸੀਂ ਕੋਈ ਵੱਖ ਵੱਖਰੇ ਤਰ੍ਹਾਂ 10 ਪਰਿਵਾਰ ਗਏ ਹੋਏ ਸੀਗੇ ਮੈਂ ਆਪਣੇ ਪਰਿਵਾਰ ਦੇ ਨਾਲ ਗਿਆ ਹੋਇਆ ਸੀਗਾ ਅਤੇ ਉੱਥੇ ਸਾਨੂੰ ਜਾਣ ਦੀ ਅਲਾਓ ਨਹੀਂ ਕੀਤਾ ਬੜਾ ਅਸੀਂ ਬਰਚਕ ਪ੍ਰਚੇਤਨ ਕੀਤਾ ਕਿ ਸਾਨੂੰ ਦਿੱਤਾ ਜਾਵੇ ਇਹ ਪਹਿਲੀ ਵਾਰੀ ਹੋਇਆ 2021 'ਚ ਪਿਛਲੇ ਸਾਲ 2020 ਦੇ ਵਿੱਚ ਲੋਕਡਾਊਨ ਲੱਗਾ ਹੋਇਆ ਸੀ ਉਦੋਂ ਨਹੀਂ ਅਲਾਓ ਹੈਗਾ ਸੀਗਾ ਅਸੀਂ ਸਮਝਦੇ ਹਾਂ ਉਦੋਂ ਸਾਰੇ ਦੇਸ਼ ਦੇ ਵਿੱਚ ਲੋਕਡਾਊਨ ਸੀਗਾ ਪਰ ਐਕਾ ਸੀਗਾ ਅਤੇ ਸਾਰੇ ਕੰਮ ਹੋ ਰਹੇ ਸੀਗੇ ਮੰਦਰਾਂ 'ਚ ਜਾ ਰਹੇ ਲੋਕ ਮਸਜਿਦਾਂ 'ਚ ਜਾ ਰਹੇ ਆ ਗੁਰਦੁਆਰਿਆਂ 'ਚ ਜਾ ਰਹੇ ਆ ਆਪਣੇ ਫੰਕਸ਼ਨ ਕਰਦੇ ਪਏ ਅਟੈਂਡ ਕਰਦੇ ਪਏ ਆ ਸਾਡੇ ਵਾਸਤੇ ਕਿਉਂ ਸ਼ਹੀਦਾਂ ਵਾਸਤੇ ਕਿਉਂ ਸਾਡਾ ਤਾਂ ਦੁੱਖ ਹੋਇਆ ਹੀ ਹੋਇਆ ਸਾਨੂੰ ਉੱਥੇ ਜਾ ਕੇ ਅਸੀਂ ਗਰਮੀਆਂ ਸਹੀ ਸਭ ਕੁਝ ਸਿਆ ਪਰ ਸਾਡੇ ਸ਼ਹੀਦਾਂ ਦੀ ਆਤਮਾਵਾਂ ਜਿਹੜੀਆਂ ਨਾ ਉਹ ਵੀ ਬੜੀ ਦੁਖੀ ਹੋਈਆਂ ਇਸ ਪਿੱਛੇ ਅਸੀਂ ਅੱਜ ਕੀਤਾ ਆ ਤੁਹਾਨੂੰ ਪੱਤਰਕਾਰਾਂ ਨੂੰ ਸੱਦਿਆ ਕਿ ਸਾਡਾ ਵਿਰੋਧ ਜਿਹੜਾ ਪ੍ਰਗਟ ਕਰੋ ਸਾਰੇ ਦੇਸ਼ ਵਾਸਤੇ ਔਰ ਪਤਾ ਲੱਗੇ ਗੌਰਮੈਂਟ ਨੂੰ ਅਸੀਂ ਪ੍ਰਧਾਨ ਮੰਤਰੀ ਨੂੰ ਵੀ ਲੈਟਰ ਲਿਖੀ ਹੈ ਗ੍ਰਹਿ ਮੰਤਰੀ ਨੂੰ ਵੀ ਲੈਟਰ ਲਿਖੀ ਹੈ ਕਿ ਇਹਨੂੰ ਜਲਦੀ ਤੋਂ ਜਲਦੀ ਖੋਲ੍ਹਿਆ ਜਾਵੇ ਜਲਿਆਂਵਾਲੇ ਬਾਗ ਨੂੰ ਦੇਸ਼ ਵਿਦੇਸ਼ ਦੇ ਵਿੱਚੋਂ ਆਉਂਦੇ ਲੋਕ ਆ ਕੇ ਇੱਥੇ ਆਪਣੇ ਬੱਚਿਆਂ ਨੂੰ ਬਾਲ ਬੱਚਿਆਂ ਨੂੰ ਦਿਖਾਉਂਦੇ ਹੈ ਕਿ ਇਹ ਜਲਿਆਂਵਾਲਾ ਬਾਗ ਹੈ ਜਿੱਥੇ ਸ਼ਹੀਦ ਹੋਏ ਸੀ ਲੋਕ ਔਰ ਉਹਨਾਂ ਨੇ ਆਪਣੇ ਸ਼ਹਾਦਤ ਦਾ ਜਾਮ ਲਾ ਕੇ ਸਾਰੇ ਦੇਸ਼ ਨੂੰ ਆਜ਼ਾਦੀ ਕੀਤੀ ਇਹ ਅਸੀਂ ਚਾਹੁੰਦੇ ਹਾਂ ਜੇ ਗੌਰਮੈਂਟ ਜਲਦੀ ਤੋਂ ਜਲਦੀ ਇਹਦਾ ਨਹੀਂ ਓਪਨ ਕਰੇਗੀ ਜਲਿਆਂਵਾਲਾ ਬਾਗ ਦੇ ਦਰਵਾਜ਼ੇ ਨਹੀਂ ਖੋਲ੍ਹੇਗੀ ਤਾਂ ਅਸੀਂ 15 ਦਿਨਾਂ ਦਾ ਉਹਨਾਂ ਨੂੰ ਟਾਈਮ ਦੇ ਰਹੇ ਹਾਂ ਨਹੀਂ ਤਾਂ ਅਸੀਂ 15 ਦਿਨਾਂ ਦੇ ਬਾਅਦ ਅਸੀਂ ਉੱਥੇ ਭੁੱਖ ਹੜਤਾਲ ਕਰਾਂਗੇ ਸਾਰਾ ਪਰਿਵਾਰ ਲੈ ਕੇ ਜਾਵਾਂਗੇ ਅਤੇ ਉੱਥੇ ਜਾ ਕੇ ਧਰਨੇ ਦਾਂਗੇ